ਹੁਣ ਹਜ਼ੂਰ ਨੇ ਸਾਨੂੰ ਇਹ ਵੀ ਸਮਝਾਇਆ ਕਿ ਸਾਡੀ ਉਸ ਮਾਲਕ ਦੇ ਨਾਲ ਪਿਆਰ ਪਤਾ ਕੈਸਾ ਹੋਣਾ ਚਾਹੀਦਾ, ਜਿਵੇਂ ਕਮਲ ਦੇ ਫੁੱਲ ਦਾ ਤੇ ਪਾਣੀ ਦਾ, ਕਮਲ ਦੇ ਫੁੱਲ ਦਾ ਤੇ ਪਾਣੀ ਦਾ। ਹੁਣ ਜਿਨ੍ਹਾਂ ਨੇ ਕਮਲ ਦੇ ਫੁੱਲ ਵੇਖੇ ਉਹਨਾਂ ਨੂੰ ਪਤਾ, ਹਜ਼ੂਰ ਨੇ ਬਾਣੀ ਚ ਬਚਨ ਕੀਤਾ, ਰੇ ਮਾਨਾ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਕਮਲੇ। ਹੁਣ ਉਹ ਪ੍ਰੀਤ ਸੌਖੀ ਨਹੀਂ ਨਿਭਾਉਂਦਾ, ਲਹਿਰੀ ਨਾਲ ਪਛਾੜੀਐ ਪੀ ਵਿਕਸੈ ਅਸਨੇ। ਜਦ ਲਹਿਰ ਆਉਂਦੀ ਹੈ ਨਾ, ਚੁੱਕੇ ਮਾਰਦੀ ਕਮਲ ਨੂੰ ਪਰਲੇ ਪਾਸੇ ਧੱਕਾ, ਔਰ ਦਿਨ ਚ ਕੋਈ ਇੱਕ ਧੱਕਾ ਪੈਂਦਾ ਕਮਲ ਨੂੰ, ਕਮਲ ਨੂੰ ਕੋਈ ਇੱਕ ਧੱਕਾ ਪੈਂਦਾ। ਕਿਸੇ ਨੇ ਕਿਹਾ ਸੀ ਉਹ ਕਮਲਾ ਫੁੱਲਾ ਇਹ ਪਾਣੀ ਤੈਨੂੰ ਸਾਰ ਦੇ ਧੱਕੇ ਮਾਰਦੇ, ਛੱਡ ਦੇ ਲੈ ਖੈੜਾ, ਛੱਡ ਦੇ, ਅਸੀਂ ਵੀ ਛੱਡ ਦਿੰਦੇ ਹਾਂ ਨਾ। ਥੋੜੇ ਕੁ ਦਿਨ ਤਾਂ ਰੱਬ ਵੱਲ ਤੁਰੇ ਹੋਏ ਆ, ਜਦੋਂ ਤਾਂ ਰੱਬ ਵੱਲ ਤੁਰੇ ਦੋਹੀ ਬੜੇ ਆ, ਬੰਦਾ ਕਹਿੰਦਾ ਵੀ ਛੱਡ ਹੀ ਦਿਓ ਖੈੜਾ, ਕਮਲ ਦਾ ਫੁੱਲ ਕਹਿੰਦਾ ਨਾ ਮੈਂ ਪਾਣੀ ਦਾ ਖੈੜਾ ਨਹੀਂ ਛੱਡ ਸਕਦਾ। ਲਹਿਰੀ ਨਾਲ ਪਛਾੜੀਏ, ਜਿਵੇਂ ਲਹਿਰ ਆਉਂਦੀ ਧੱਕਾ ਪੈਂਦਾ ਉਹ ਜਾਂਦਾ ਪਿੱਛੇ ਨੂੰ। ਪੀ ਵਿਕਸੈ ਅਸਨੇ, ਪਰ ਫੇਰ ਵੀ ਕਮਲ ਦਾ ਫੁੱਲ ਧੱਕਾ ਖਾ ਕੇ ਵੀ ਵਿਕਸਦਾ ਪਾ ਕੇ ਖਿੜਦਾ ਹੈ। ਕਿ ਨਹੀਂ ਵੀ ਪਾਣੀ ਨੇ ਚਾਰ ਧੱਕੇ ਮਾਰੇ, ਪੰਜ ਧੱਕੇ ਮਾਰੇ ਤੇ ਕਮਲ ਦੇ ਫੁੱਲ ਨੇ ਆਪਣੇ ਆਪ ਨੂੰ ਸਮੇਟਿਆ ਤੇ ਚਲੋ ਬਈ ਕਿਤੇ ਹੋਰ ਚੱਲਦੇ ਨਾ। ਲਹਿਰੀ ਨਾਲ ਪਛਾੜੀਏ ਪੀ ਵਿਕਸੈ ਅਸਨੇ, ਕਹਿੰਦੇ ਜਿੰਨੀ ਮਰਜ਼ੀ ਲਹਿਰ ਆ ਕੇ ਉਹਨੂੰ ਧੱਕੇ ਮਾਰੇ ਫਿਰ ਵੀ ਖਿੜਦਾ ਹੈ। ਕਾਰਨ ਪਤਾ ਕੀ ਹੈ? ਕਿਉਂਕਿ ਕਮਲ ਨੂੰ ਪਤਾ ਹੈ ਵੀ ਮੇਰੀ ਪੈਦਾਇਸ਼ ਪਾਣੀ ਤੋਂ ਹੈ, ਮੇਰੇ ਕੋਲ ਖੇੜਾ ਪਾਣੀ ਤੋਂ ਹੈ, ਮੇਰਾ ਜੀਵਨ ਪਾਣੀ ਹੈ, ਤੇ ਜੇ ਮੈਂ ਪਾਣੀ ਨੂੰ ਛੱਡ ਦਿੱਤਾ ਤੇ ਮੇਰਾ ਤੇ ਜੀਵਨ ਖਤਮ ਹੋ ਜਾਊਗਾ। ਸਿੱਖ ਦਾ ਜੀਵਨ ਬਾਣੀ ਹੈ, ਜਿਸ ਸਿੱਖ ਨੇ ਬਾਣੀ ਛੱਡ ਦਿੱਤੀ ਆਤਮਕ ਤੌਰ ਤੇ ਔਰ ਮਾਨਸਿਕ ਤੌਰ ਤੇ ਉਹ ਖਤਮ ਹੈ, ਖਤਮ ਹੈ। ਐਸੇ ਕਰਕੇ ਸਤਿਗੁਰੂ ਜੀ ਨੇ ਬਾਣੀ ਚ ਬਚਨ ਕੀਤਾ, ਅੱਜ ਸੰਸਾਰ ਦੇ ਦੁੱਖ ਦਾ ਕਾਰਨ ਹੀ ਇਹੀ ਹੈ, ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ, ਨਾਮ ਤੋਂ ਬਿਨਾਂ ਕੋਈ ਸੁਖੀ ਹੋ ਸਕਦਾ? ਹਜ਼ੂਰ ਤੇ ਕਹਿੰਦੇ ਨਾਮ ਤੇ ਆਏ ਸੋ ਸੁਖੀ ਤਿਸ ਮੁਖ ਉਜਲ ਹੋ, ਤੇ ਸਤਿਗੁਰੂ ਨੇ ਤਰੀਕਾ ਸਾਡੀ ਝੋਲੀ ਪਾ ਦਿੱਤਾ, ਸਰਵਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਜੇਬਾਂ ਦੇ ਨਾਲ ਅਸੀਂ ਗਾਉਣਾ ਹੈ, ਕੰਨਾਂ ਦੇ ਨਾਲ ਅਸੀਂ ਸੁਣਨਾ ਹੈ। ਫਿਰ ਇਹ ਵੀ ਯਤਨ ਕਰਨੇ ਵੀ ਸਾਡੀ ਪ੍ਰੀਤ ਘਟਣੀ ਨਹੀਂ ਚਾਹੀਦੀ, ਸਾਡੀ ਪ੍ਰੀਤ ਘਟਣੀ ਨਹੀਂ ਚਾਹੀਦੀ। ਆਹ ਦੋ ਦਿਨ ਪਹਿਲੇ ਕਿਸੇ ਸਮਾਗਮ ਵਿੱਚ ਜਾਣ ਦਾ ਮੌਕਾ ਮਿਲਿਆ, ਤੇ ਉਹ ਭਾਈ ਸਾਹਿਬ ਸੰਗਤ ਨੂੰ ਕਹਿ ਰਹੇ ਸੀ, ਸਾਧ ਸੰਗਤ ਜੀ ਵੀ ਚਾਰਕ ਨਹੀਂ ਤੇ ਤੁਹਾਡੇ ਅੰਦਰ ਬੜਾ ਚਾਅ ਚੜ ਜਾਂਦਾ, ਤੇ ਚੌਹਾਂ ਦਿਨਾਂ ਬਾਅਦ ਫਿਰ ਚਾਹ ਮੱਠਾ ਹੋਣਾ ਸ਼ੁਰੂ, ਠੰਡਾ ਫਿਰ ਠੰਡੇ ਦੇ ਪੈ ਜਾਂਦੇ ਹੋ, ਠੰਡੇ ਨਾ ਪਿਆ ਕਰੋ। ਥੋੜੇ ਕੁ ਦਿਨ ਦੇ ਚਾਅ ਚੜ ਗਿਆ ਹਨਾ, ਘਰ ਦੇ ਵੀ ਕਹਿੰਦੇ ਲੈ ਵੀ ਇਹਨੂੰ ਕੀ ਹੋ ਗਿਆ, ਅੰਮ੍ਰਿਤ ਵੇਲੇ ਉੱਠ ਕੇ ਨਹਾ ਧੋ ਕੇ ਬਹਿ ਗਿਆ ਬਾਣੀ ਪੜ੍ਹਨ। ਚਲੋ ਜਿਹੜਾ ਘਰ ਬਹਿ ਕੇ ਨਹੀਂ ਬਾਣੀ ਪੜਦਾ ਜਾਂ ਅੰਮ੍ਰਿਤ ਵੇਲੇ ਨਹੀਂ ਵੀ ਉੱਠਿਆ, ਤਿਆਰ ਤੂਰ ਹੋ ਕੇ ਅੱਜ ਤੋਂ ਆਪਾਂ ਤੇ ਰੋਜ਼ ਗੁਰਦੁਆਰੇ ਜਾਈਦਾ, ਕਹਿੰਦੇ ਵੀ ਇਹਨੂੰ ਕੀ ਹੋ ਗਿਆ। ਉਹ ਹਫ਼ਤਾ 15 ਦਿਨ ਗਿਆ, ਫਿਰ ਹੁਣ ਘਰਦੇ ਕਹਿੰਦੇ ਕੀ ਗੱਲ ਅੱਜ ਗੁਰਦੁਆਰੇ ਨਹੀਂ ਜਾਣਾ, ਬਸ ਛੱਡੋ ਬਥੇਰਾ ਹੋ ਗਿਆ, ਚਾਹ ਖਤਮ ਹੋ ਗਿਆ। ਚਾਹ ਮੁੱਕਣਾ ਨਹੀਂ ਚਾਹੀਦਾ, ਚਾਉ ਜਿਹੜਾ ਮੁੱਕਣਾ ਨਹੀਂ ਚਾਹੀਦਾ। ਅਸੀਂ ਪੜ੍ਹਦੇ ਹਾਂ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ, ਇਹ ਚਾਹ ਜਿਹੜਾ ਜਦੋਂ ਚਾਉ ਬਣਿਆ ਰਿਹਾ ਨਾ ਫਿਰ ਗੱਲ ਬਣ ਜਾਏ। ਹੁਣ ਸਤਿਗੁਰੂ ਜੀ ਨੇ ਬਚਨ ਕੀਤਾ ਵੀ ਇਹ ਕੰਮ ਕਰਨ ਲੱਗਿਆਂ ਤੂੰ ਢਿੱਲ ਨਹੀਂ ਵਰਤਣੀ, ਕਰ ਸਾਧ ਸੰਗਤ ਸਿਮਰ ਮਾਧੋ ਖੋਏ ਪਾਤਤ ਪੁਨੀਤਾ। ਹਜ਼ੂਰ ਕਹਿੰਦੇ